ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਾਹੌਰੀ ਰਿਕਾਰਡਸ ਯੂਟਿਊਬ ਚੈਨਲ। ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਆਖਿਰ ਕੀ ਹੋਇਆ ਜਦੋਂ ਹਵਾ ਵਿੱਚ ਉੱਡ ਰਹੇ ਜਹਾਜ਼ ਨਾਲ ਟਕਰਾਇਆ ਪੰਛੀਆਂ ਦਾ ਝੁੰਡ। ਵੀਡੀਓ ਕਾਫੀ ਇੰਟਰਸਟਿੰਗ ਹੈ, ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਸੱਚੀ ਘਟਨਾ, ਇਸ ਨੂੰ ਬਿਲਕੁਲ ਵੀ ਝੂਠ ਨਾ ਸਮਝਿਆ ਜਾਵੇ। ਤਾਂ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ। ਦਿਨ ਸੀ 15 ਜਨਵਰੀ 2009, ਸ਼ਾਮ ਦੇ ਕਰੀਬ 3:24 ਤੇ ਨਿਊਯਾਰਕ ਸਿਟੀ ਦੇ ਲਗਾਰਡੀਆ ਏਅਰਪੋਰਟ ਤੋਂ A320 ਨਾਮਕ ਜਹਾਜ਼ ਨੌਰਥ ਕੈਲੋਰੀਨਾ ਦੇ ਚਾਰਲਸ ਡੈਗਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਡਾਨ ਭਰਨ ਲਈ ਤਿਆਰ ਹੋ ਰਿਹਾ ਸੀ। ਇਸ ਜਹਾਜ਼ ਨੂੰ ਜਿਸ ਪਾਇਲਟ ਨੇ ਉਡਾਉਣਾ ਸੀ ਉਸ ਦਾ ਨਾਮ ਸੀ ਚੈਸਲੀ ਸੁਲੈਨਬਰਗਰ, ਜਿਸ ਦੀ ਉਮਰ 57 ਸਾਲ ਸੀ ਅਤੇ ਇਹ ਪਾਇਲਟ ਪਹਿਲਾਂ ਅਮਰੀਕੀ ਫੋਰਸ ਵਿੱਚ ਫਾਈਟਰ ਪਾਇਲਟ ਵੀ ਰਹਿ ਚੁੱਕਾ ਸੀ। ਇਸ ਚੈਸਲੀ ਨਾਮ ਦੇ ਜਹਾਜ਼ ਚਾਲਕ ਨੂੰ ਟੋਟਲ 19,663 ਘੰਟੇ ਜਹਾਜ਼ ਉਡਾਉਣ ਦਾ ਐਕਸਪੀਰੀਅੰਸ ਸੀ ਅਤੇ ਇਸ ਦੇ ਨਾਲ ਹੀ ਜਿਹੜਾ ਦੂਸਰਾ ਪਾਇਲਟ ਸੀ ਉਸ ਦਾ ਨਾਮ ਸੀ ਜੈਫਰੀ ਸਕਾਈਲ ਅਤੇ ਇਸ ਨੂੰ ਵੀ ਟੋਟਲ 15,643 ਘੰਟੇ ਹਵਾਈ ਜਹਾਜ਼ ਉਡਾਉਣ ਦਾ ਤਜਰਬਾ ਸੀ। ਲਗਾਰਡੀਆ ਏਅਰਪੋਰਟ ਦੇ ਰਨਵੇ ਨੰਬਰ 4 ਤੋਂ US ਏਅਰਵੇਜ਼ ਫਲਾਈਟ 1549 ਨੂੰ ਉਡਾਇਆ ਗਿਆ ਅਤੇ ਇਸ ਸਮੇਂ 3:24 ਹੋ ਚੁੱਕੇ ਸੀ। ਇਸ ਜਹਾਜ਼ ਅੰਦਰ ਸਣੇ ਪਾਇਲਟ, ਏਅਰ ਹੋਸਟੈਸ ਸਣੇ ਟੋਟਲ 155 ਲੋਕ ਸ਼ਾਮਲ ਸੀ। ਉਡਾਣ ਭਰੇ ਨੂੰ ਹਾਲੇ 1 ਮਿੰਟ ਹੀ ਹੋਇਆ ਸੀ ਕਿ ਜਹਾਜ਼ 700 ਫੁੱਟ ਦੀ ਉਚਾਈ ਤੋਂ ਵੀ ਜ਼ਿਆਦਾ ਪਹੁੰਚ ਚੁੱਕਿਆ ਸੀ। ਇਸ ਸਮੇਂ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਮੈਸੇਜ ਭੇਜਿਆ ਕਿ ਜਹਾਜ਼ ਦਾ ਕੰਟਰੋਲ ਹੁਣ ਦੂਸਰੇ ਪਾਇਲਟ ਯਾਨੀ ਕਿ ਜੈਫਰੀ ਦੇ ਕੋਲ ਹੈ ਅਤੇ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ। ਇਸ ਸਮੇਂ ਜਹਾਜ਼ ਹਡਸਨ ਨਦੀ ਦੇ ਉੱਪਰੋਂ ਦੀ ਗੁਜ਼ਰ ਰਿਹਾ ਸੀ ਅਤੇ ਜਹਾਜ਼ ਅੰਦਰ ਬੈਠੇ ਯਾਤਰੀ ਇਸ ਹਡਸਨ ਨਦੀ ਦੀ ਖੂਬਸੂਰਤੀ ਨੂੰ ਬੜੇ ਹੀ ਸ਼ੌਂਕ ਦੇ ਨਾਲ ਦੇਖ ਰਹੇ ਸੀ। ਸਿਆਣੇ ਕਹਿੰਦੇ ਨੇ ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ। ਜਹਾਜ਼ ਨੂੰ ਹਾਲੇ ਉੱਡਿਆਂ ਨੂੰ ਥੋੜ੍ਹਾ ਸਮਾਂ ਹੀ ਬੀਤਾ ਸੀ ਅਤੇ ਜਹਾਜ਼ ਹੁਣ 316 ਫੀਟ ਪ੍ਰਤੀ ਸੈਕਿੰਡ ਦੀ ਰਫ਼ਤਾਰ ਦੇ ਨਾਲ 2,818 ਫੀਟ ਦੀ ਉਚਾਈ 'ਤੇ ਉੱਚਾ ਉੱਡਦਾ ਜਾ ਰਿਹਾ ਸੀ ਕਿ ਅਚਾਨਕ ਇੱਕ ਪੰਛੀਆਂ ਦਾ ਝੁੰਡ ਆ ਕੇ ਜਹਾਜ਼ ਦੇ ਨਾਲ ਟਕਰਾ ਗਿਆ। ਇਹਨਾਂ ਪੰਛੀਆਂ ਕਰਕੇ ਦੋਨੋਂ ਪਾਇਲਟਸ ਨੂੰ ਜਹਾਜ਼ ਦੀ ਵਿੰਡ ਸਕਰੀਨ 'ਤੇ ਪੰਛੀ ਹੀ ਪੰਛੀ ਦਿਖਾਈ ਦੇ ਰਹੇ ਸਨ ਅਤੇ ਕੁਝ ਪੰਛੀ ਜਹਾਜ਼ ਦੇ ਇੰਜਨ ਵਿੱਚ ਵੀ ਫਸ ਚੁੱਕੇ ਸਨ। ਤੁਹਾਨੂੰ ਦੱਸ ਦਈਏ ਕਿ ਜਹਾਜ਼ ਦੇ ਲੱਗੇ ਇਹ ਇੰਜਨ ਅੱਗੋਂ ਹਵਾ ਨੂੰ ਖਿੱਚਦੇ ਨੇ ਅਤੇ ਹਵਾ ਨੂੰ ਪਿੱਛੇ ਵੱਲ ਨੂੰ ਧੱਕਦੇ ਨੇ ਤਾਂ ਕਿ ਜਹਾਜ਼ ਨੂੰ ਉੱਡਣ ਵਿੱਚ ਆਸਾਨੀ ਹੋਵੇ। ਹੁਣ ਇਹਨਾਂ ਦੋਹਾਂ ਇੰਜਨਾਂ ਵਿੱਚ ਪੰਛੀ ਟਕਰਾਉਣ ਕਰਕੇ ਪੰਛੀ ਫਸ ਚੁੱਕੇ ਸਨ, ਜਿਸ ਕਰਕੇ ਇਹਨਾਂ ਦੋਹਾਂ ਇੰਜਨਾਂ ਨੂੰ ਕੰਮ ਕਰਨ ਵਿੱਚ ਦਿੱਕਤ ਆ ਰਹੀ ਸੀ। ਬਸ ਇੰਨੀ ਗੱਲ ਦੀ ਦੇਰ ਸੀ ਕਿ ਇੱਕ ਧਮਾਕਾ ਹੋਇਆ ਅਤੇ ਦੋਹਾਂ ਇੰਜਨਾਂ ਨੇ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ। ਜਹਾਜ਼ ਅੰਦਰ ਬੈਠੇ ਯਾਤਰੀਆਂ ਨੇ ਜਦੋਂ ਇਹ ਬਾਹਰ ਧਮਾਕੇ ਦਾ ਖੌਫਨਾਕ ਨਜ਼ਾਰਾ ਦੇਖਿਆ ਤਾਂ ਉਹਨਾਂ ਨੇ ਚਲਾਉਣਾ ਸ਼ੁਰੂ ਕਰ ਦਿੱਤਾ। ਪਾਇਲਟਸ ਨੂੰ ਵੀ ਜਦੋਂ ਦੋਹਾਂ ਇੰਜਨਾਂ ਦੇ ਬੰਦ ਹੋਣ ਦਾ ਸਿਗਨਲ ਮਿਲਿਆ ਤਾਂ ਪਾਇਲਟ ਵੀ ਸਮਝ ਚੁੱਕੇ ਸੀ ਕਿ ਦੋਵੇਂ ਇੰਜਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਹ ਜਹਾਜ਼ ਪਹਿਲਾਂ ਜੈਫਰੀ ਉਡਾ ਰਿਹਾ ਸੀ ਪਰ ਬਾਅਦ ਵਿੱਚ ਪੰਛੀ ਟਕਰਾਉਂਦੇ ਇਸ ਜਹਾਜ਼ ਦਾ ਕੰਟਰੋਲ ਤੁਰੰਤ ਚੈਸਲੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ, ਜਦਕਿ ਦੂਜਾ ਪਾਇਲਟ ਜੈਫਰੀ ਇੰਜਨ ਨੂੰ ਰੀਸਟਾਰਟ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਸੀ ਅਤੇ ਇੰਜਨ ਬੰਦ ਹੋਏ ਨੂੰ 19 ਸੈਕਿੰਡ ਹੀ ਹੋਏ ਸੀ ਕਿ ਜਹਾਜ਼ ਨੇ ਡਗਮਗਾਉਣਾ ਸ਼ੁਰੂ ਕਰ ਦਿੱਤਾ ਸੀ। ਦੋਨੋਂ ਇੰਜਨ ਬੰਦ ਹੋਣ ਦੇ 20 ਸੈਕਿੰਡ ਬਾਅਦ ਪਾਇਲਟ ਚੈਸਲੀ ਨੇ ਨਿਊਯਾਰਕ ਟਰਮੀਨਲ ਰਡਾਰ ਅਪਰੋਚ ਕੰਟਰੋਲ ਨੂੰ ਸੰਦੇਸ਼ ਦਿੱਤਾ ਕਿ ਬਰਡ ਸਟ੍ਰਾਈਕ ਦੀ ਵਜ੍ਹਾ ਕਰਕੇ ਦੋਹਾਂ ਇੰਜਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਅਸੀਂ ਹੁਣ ਵਾਪਸ ਲਗਾਰਡੀਆ ਏਅਰਪੋਰਟ ਦੇ ਵੱਲ ਜਾ ਰਹੇ ਹਾਂ। ਇਹ ਮੈਸੇਜ ਜਦੋਂ ਏਅਰ ਟ੍ਰੈਫਿਕ ਕੰਟਰੋਲ ਤੱਕ ਪਹੁੰਚਿਆ ਤਾਂ ਏਅਰ ਟ੍ਰੈਫਿਕ ਕੰਟਰੋਲ ਨੇ ਤੁਰੰਤ ਲਗਾਰਡੀਆ ਟਾਵਰ ਦੇ ਨਾਲ ਕੰਟੈਕਟ ਕੀਤਾ ਅਤੇ ਸਾਰੀਆਂ ਵੱਡੀਆਂ ਛੋਟੀਆਂ ਉਡਾਨਾਂ ਨੂੰ ਰੋਕਣ ਦਾ ਹੁਕਮ ਦੇ ਦਿੱਤਾ ਅਤੇ ਐਮਰਜੈਂਸੀ ਲੈਂਡਿੰਗ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ ਨੇ ਦੋਨੋਂ ਪਾਇਲਟਸ ਨੂੰ ਆਦੇਸ਼ ਦਿੱਤੇ ਕਿ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਲਗਾਰਡੀਆ ਏਅਰਪੋਰਟ ਦੇ ਰਨਵੇ ਨੰਬਰ 13 ਤੇ ਕਰਵਾਉਣ, ਪਰ ਇਸ ਲਈ ਚੈਸਲੀ ਪਾਇਲਟ ਨੇ ਬਿਲਕੁਲ ਮਨ੍ਹਾ ਕਰ ਦਿੱਤਾ ਅਤੇ ਉਸਨੇ ਕਿਹਾ ਕਿ ਵੀ ਕੈਨ ਨੋਟ ਡੂ ਇਟ, ਕਿਉਂਕਿ ਉਸਦਾ ਕਹਿਣਾ ਸੀ ਕਿ ਲਗਾਰਡੀਆ ਏਅਰਪੋਰਟ ਹਾਲੇ ਵੀ ਸਾਡੇ ਤੋਂ 7 ਕਿਲੋਮੀਟਰ ਦੂਰ ਹੈ, ਇਸ ਕਰਕੇ ਉੱਥੋਂ ਤੱਕ ਨਹੀਂ ਪਹੁੰਚਿਆ ਜਾ ਸਕਦਾ। ਇਸ ਤੋਂ ਬਾਅਦ ਚੈਸਲੀ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲਰ ਤੋਂ ਨਿਊ ਜਰਸੀ ਦੇ ਏਅਰਪੋਰਟ 'ਤੇ ਲੈਂਡਿੰਗ ਕਰਨ ਦੀ ਪਰਮਿਸ਼ਨ ਮੰਗੀ ਅਤੇ ਉਸਨੂੰ ਇਹ ਪਰਮਿਸ਼ਨ ਦੇ ਦਿੱਤੀ ਗਈ। ਲਗਾਤਾਰ ਜਹਾਜ਼ ਹੁਣ ਨੀਚੇ ਵੱਲ ਨੂੰ ਜਾ ਰਿਹਾ ਸੀ ਅਤੇ ਨੀਚੇ ਵੱਲ ਨੂੰ ਜਾਂਦਾ ਜਾਂਦਾ ਸਿਰਫ 1,650 ਫੀਟ ਦੀ ਉਚਾਈ 'ਤੇ ਆ ਚੁੱਕਾ ਸੀ। ਸਮਾਂ ਹੋ ਚੁੱਕਿਆ ਸੀ 3:28
ਇਸ ਤੋਂ ਬਾਅਦ ਚੈਸਲੀ ਨੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਮੈਸੇਜ ਭੇਜਿਆ ਕਿ ਅਸੀਂ ਜਹਾਜ਼ ਨੂੰ ਹਡਸਨ ਨਦੀ ਵਿੱਚ ਲੈਂਡਿੰਗ ਕਰਵਾਉਣ ਜਾ ਰਹੇ ਹਾਂ। ਜਦੋਂ ਏਅਰ ਟ੍ਰੈਫਿਕ ਕੰਟਰੋਲ ਰੂਮ ਨੇ ਇੰਨੀ ਗੱਲ ਸੁਣੀ ਤਾਂ ਉਹਨਾਂ ਦੇ ਹੋਸ਼ ਉੱਡ ਗਏ ਅਤੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ। ਯਾਤਰੀਆਂ ਨੂੰ ਵੀ ਹੁਣ ਪਤਾ ਲੱਗ ਚੁੱਕਾ ਸੀ ਕਿ ਸਾਡਾ ਆਖਰੀ ਸਮਾਂ ਆ ਚੁੱਕਾ ਹੈ, ਤਾਂ ਉਹਨਾਂ ਨੇ ਵੀ ਅੱਖਾਂ ਬੰਦ ਕਰਕੇ ਆਪਣੇ ਰੱਬ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਯਾਤਰੀਆਂ ਨੂੰ ਦੱਸਿਆ ਗਿਆ ਕਿ ਅਸੀਂ ਜਹਾਜ਼ ਦੀ ਲੈਂਡਿੰਗ ਹਡਸਨ ਨਦੀ ਵਿੱਚ ਕਰਵਾ ਰਹੇ ਹਾਂ ਅਤੇ ਉਹ ਇਸ ਕਰਕੇ ਆਪਣੀ ਸੀਟ ਬੈਲਟ ਨੂੰ ਚੰਗੀ ਤਰ੍ਹਾਂ ਕੱਸ ਕੇ ਬੰਨ ਲੈਣ ਅਤੇ ਆਪਣੇ ਨਾਲ ਦੀ ਕਿਸੇ ਚੀਜ਼ ਨੂੰ ਮਜ਼ਬੂਤੀ ਦੇ ਨਾਲ ਫੜ ਲੈਣ। ਲੈਂਡਿੰਗ ਕੰਟਰੋਲ ਰੂਮ ਨੇ ਤੁਰੰਤ ਬਚਾਅ ਕਰਮੀਆਂ ਨੂੰ ਹਰਕਤ ਵਿੱਚ ਆਉਣ ਲਈ ਕਿਹਾ ਅਤੇ ਹਡਸਨ ਨਦੀ ਦੇ ਕੋਲ ਐਮਰਜੈਂਸੀ ਲੈਂਡਿੰਗ ਦਾ ਬਚਾਅ ਕਰਨ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਅਤੇ ਹੈਲੀਕਾਪਟਰ ਨੂੰ ਇਸ ਜਹਾਜ਼ 'ਤੇ ਨਿਗਾਹ ਰੱਖਣ ਲਈ ਵੀ ਕਿਹਾ ਗਿਆ। ਜਿਉਂ ਹੀ ਜਹਾਜ਼ ਥੱਲੇ 500 ਫੀਟ ਦੀ ਉਚਾਈ 'ਤੇ ਪਹੁੰਚਿਆ ਤਾਂ ਇਸ ਦਾ ਸੰਪਰਕ ਕੰਟਰੋਲ ਰੂਮ ਨਾਲ ਟੁੱਟ ਚੁੱਕਾ ਸੀ, ਪਰ ਪਹਿਲਾਂ ਤੋਂ ਕੀਤੀਆਂ ਤਿਆਰੀਆਂ ਕਰਕੇ ਕੰਟਰੋਲ ਰੂਮ ਨੂੰ ਪਤਾ ਲੱਗ ਚੁੱਕਾ ਸੀ ਕਿ ਜਹਾਜ਼ ਦੀ ਲੋਕੇਸ਼ਨ ਕੀ ਹੈ। ਸ਼ਾਮ ਦੇ 3:31 'ਤੇ ਜਹਾਜ਼ ਨੇ ਹਡਸਨ ਨਦੀ ਵਿੱਚ 230 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਲੈਂਡਿੰਗ ਕੀਤੀ। ਸਾਰਿਆਂ ਦੀ ਕਿਸਮਤ ਚੰਗੀ ਸੀ ਕਿ ਜਹਾਜ਼ ਚਾਰੇ ਪਾਸੋਂ ਬੰਦ ਸੀ, ਇਸ ਕਰਕੇ ਜਹਾਜ਼ ਪਾਣੀ ਅੰਦਰ ਡੁੱਬਣ ਦੀ ਬਜਾਏ ਉੱਪਰ ਤੈਰਨ ਲੱਗਿਆ ਅਤੇ ਬਾਅਦ ਵਿੱਚ ਸਾਰੇ ਯਾਤਰੀਆਂ ਨੂੰ ਬਾਹਰ ਨਿਕਲਣ ਲਈ ਕਿਹਾ ਗਿਆ। ਰੈਸਕਿਊ ਟੀਮ ਆਪਣੇ ਤਰੀਕੇ ਦੇ ਨਾਲ ਜਹਾਜ਼ ਅੰਦਰੋਂ ਯਾਤਰੀਆਂ ਨੂੰ ਬਾਹਰ ਕੱਢ ਰਹੀ ਸੀ ਕਿ ਇਹਨਾਂ ਨੂੰ ਇੱਕ ਘਬਰਾਏ ਹੋਏ ਯਾਤਰੀ ਨੇ ਜਹਾਜ਼ ਦੀ ਐਮਰਜੈਂਸੀ ਖਿੜਕੀ ਖੋਲ੍ਹ ਦਿੱਤੀ, ਜਿਸ ਕਰਕੇ ਜਹਾਜ਼ ਅੰਦਰ ਪਾਣੀ ਵੜਨਾ ਸ਼ੁਰੂ ਹੋ ਗਿਆ ਅਤੇ ਜਹਾਜ਼ ਡੁੱਬਣਾ ਸ਼ੁਰੂ ਹੋ ਗਿਆ। ਪਰ ਪਹਿਲਾਂ ਤੋਂ ਕੀਤੀਆਂ ਤਿਆਰੀਆਂ ਕਰਕੇ ਕਿਸਮਤ ਚੰਗੀ ਸੀ ਕਿ ਸਾਰੇ ਯਾਤਰੀਆਂ ਨੂੰ ਬਚਾਅ ਕਰਮੀਆਂ ਨੇ ਬੜੇ ਹੀ ਤਰੀਕੇ ਦੇ ਨਾਲ ਸਹੀ ਸਲਾਮਤ ਬਾਹਰ ਕੱਢ ਲਿਆ। ਇਸ ਘਟਨਾ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਟੀਮ ਨੇ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਜੇਕਰ ਪੰਛੀ ਟਕਰਾਉਣ ਤੋਂ ਬਾਅਦ ਪਾਇਲਟ ਕੋਈ ਐਕਸ਼ਨ ਲੈਣ ਵਿੱਚ 35 ਸੈਕਿੰਡ ਦੀ ਵੀ ਦੇਰੀ ਕਰ ਦਿੰਦਾ ਤਾਂ ਇਸ ਜਹਾਜ਼ ਦੀ ਲੈਂਡਿੰਗ ਸ਼ਹਿਰ ਦੇ ਅੰਦਰ ਯਾਨੀ ਕਿ ਸਿਟੀ ਦੇ ਅੰਦਰ ਹੋਣੀ ਸੀ, ਜਿਸ ਕਰਕੇ ਜਹਾਜ਼ ਅੰਦਰ ਬੈਠੇ ਯਾਤਰੀਆਂ ਦੇ ਨਾਲ ਨਾਲ ਸ਼ਹਿਰ ਦੇ ਵੀ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪੈਣੇ ਸੀ। ਸਾਰੇ ਲੋਕਾਂ ਨੇ ਪਾਇਲਟ ਚੈਸਲੀ ਅਤੇ ਜ਼ੈਫਰੀ ਦੀਆਂ ਤਾਰੀਫਾਂ ਕੀਤੀਆਂ ਅਤੇ ਸ਼ਾਬਾਸ਼ੀ ਦਿੱਤੀ ਕਿ ਉਹਨਾਂ ਦੀ ਸਮਝਦਾਰੀ ਕਰਕੇ ਅੱਜ ਕਿੰਨੀਆਂ ਹੀ ਜਾਨਾਂ ਬਚ ਗਈਆਂ। ਬਾਅਦ ਵਿੱਚ ਇਸ ਘਟਨਾ ਦੇ ਆਧਾਰਿਤ ਕਾਫੀ ਸਾਰੀਆਂ ਕਿਤਾਬਾਂ ਵੀ ਛਪੀਆਂ ਅਤੇ ਬਹੁਤ ਸਾਰੀਆਂ ਮੂਵੀਜ਼ ਵੀ ਰਿਲੀਜ਼ ਕੀਤੀਆਂ ਗਈਆਂ। ਦੋਸਤੋ, 3:24 ਤੇ ਜਹਾਜ਼ ਉੱਡਿਆ ਸੀ ਅਤੇ 3:31 ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਵੀ ਹੋ ਗਈ, ਯਾਨੀ ਕਿ ਇਹਨਾਂ 7 ਮਿੰਟਾਂ ਦੇ ਵਿੱਚ ਕੀ ਕੁਝ ਹੋ ਗਿਆ ਤੁਸੀਂ ਸਾਰਾ ਕੁਝ ਪਿੱਛੇ ਦੇਖ ਅਤੇ ਸੁਣ ਚੁੱਕੇ ਹੋ। ਤਾਂ ਇਸ ਕਰਕੇ ਕਹਿੰਦੇ ਹਾਂ ਕਿ ਹਮੇਸ਼ਾ ਰੱਬ ਤੋਂ ਡਰ ਕੇ ਰਹੋ, ਕਦੋਂ ਕੀ ਹੋ ਜਾਣਾ ਇਸ ਗੱਲ ਦਾ ਕਿਸ ਨੂੰ ਵੀ ਨਹੀਂ ਪਤਾ ਹੁੰਦਾ। ਜੇਕਰ ਤੁਹਾਨੂੰ ਵੀ ਪਾਇਲਟ ਚੈਸਲੀ ਅਤੇ ਜ਼ੈਫਰੀ ਦੀ ਸਮਝਦਾਰੀ ਅਤੇ ਬਹਾਦਰੀ ਤੋਂ ਖੁਸ਼ੀ ਹੋਈ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰ ਦਿਓ। ਇਸੇ ਤਰ੍ਹਾਂ ਦੀਆਂ ਨਵੀਆਂ ਇੰਟਰਸਟਿੰਗ ਵੀਡੀਓਜ਼ ਹਰ ਰੋਜ਼ ਦੇਖਣ ਲਈ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਕੇ ਲਾਹੌਰੀਅਰ ਰਿਕਾਰਡਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਕਿ ਅਸੀਂ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਅਪਲੋਡ ਹੁੰਦਾ ਹੀ ਉਸਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨਾ ਹੀ ਮਿਲਾਂਗੇ ਜਲਦੀ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।